ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸਨੀ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੇ ਇਸ ਯੂਟਿਊਬ ਚੈਨਲ ਕਿੰਗ ਕਬੱਡੀ 'ਤੇ। ਦੋਸਤੋ, ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਇੱਕ ਵੱਡੇ ਕਬੱਡੀ ਕੱਪ ਦੀ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ। ਅਤੇ ਦੋਸਤੋ, ਇਹ ਵੱਡਾ ਕਬੱਡੀ ਕੱਪ ਪਿੰਡ ਬਾਕੀਪੁਰ ਤਰਨ ਤਾਰਨ ਦੇ ਵਿੱਚ ਕਰਵਾਇਆ ਜਾ ਰਿਹਾ। ਅਤੇ ਦੋਸਤੋ, ਇਸ ਟੂਰਨਾਮੈਂਟ ਦੇ ਉੱਤੇ ਕਬੱਡੀ ਆਲ ਓਪਨ 4 ਕਲੱਬਾਂ ਦੇ ਮੈਚ ਕਰਵਾਏ ਜਾਣਗੇ। ਅਤੇ ਦੋਸਤੋ, ਆਪਾਂ ਇਸ ਵੀਡੀਓ ਦੇ ਵਿੱਚ ਦੱਸਾਂਗੇ ਕਿ ਇਸ ਟੂਰਨਾਮੈਂਟ ਦੇ ਉੱਤੇ ਕਿਹੜੀਆਂ ਕਿਹੜੀਆਂ ਕਲੱਬਾਂ ਖੇਡਣਗੀਆਂ ਅਤੇ ਹੋਰ ਕੀ ਕੁਝ ਖਾਸ ਹੋਵੇਗਾ। ਤਾਂ ਕਰਕੇ ਦੋਸਤੋ, ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਵੀਡੀਓ ਨੂੰ ਦੋਸਤੋ ਚੰਗੀ ਲੱਗਣ ਦੇ ਉੱਤੇ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਤਾਂ ਚਲੋ ਦੋਸਤੋ, ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਤਾਂ ਦੋਸਤੋ, ਇਹ ਟੂਰਨਾਮੈਂਟ ਮਿਤੀ 21 ਅਕਤੂਬਰ 2022 ਨੂੰ ਕਰਵਾਇਆ ਜਾ ਰਿਹਾ। ਅਤੇ ਦੋਸਤੋ, ਇਸ ਟੂਰਨਾਮੈਂਟ ਦੇ ਉੱਤੇ ਆਲ ਓਪਨ 4 ਕਲੱਬਾਂ ਦੇ ਮੈਚ ਕਰਵਾਏ ਜਾਣਗੇ। ਅਤੇ ਦੋਸਤੋ, ਇਸ ਟੂਰਨਾਮੈਂਟ ਦਾ ਫਸਟ ਪ੍ਰਾਈਜ਼ ਆ 75,000 ਰੁਪਏ ਅਤੇ ਸੈਕਿੰਡ ਪ੍ਰਾਈਜ਼ ਆ 65,000 ਰੁਪਇਆ। ਅਤੇ ਬੈਸਟਾਂ ਨੂੰ ਦੋਸਤੋ 11,000 ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਅਤੇ ਦੋਸਤੋ, ਜੇ ਕਲੱਬਾਂ ਦੀ ਗੱਲ ਕਰੀਏ ਕਿ ਇਸ ਟੂਰਨਾਮੈਂਟ ਦੇ ਉੱਤੇ ਕਿਹੜੀਆਂ ਕਿਹੜੀਆਂ ਕਲੱਬਾਂ ਖੇਡਣਗੀਆਂ, ਤਾਂ ਦੋਸਤੋ, ਇਸ ਟੂਰਨਾਮੈਂਟ ਦੇ ਉੱਤੇ ਬਾਬਾ ਬੀਧੀ ਚੰਦ ਕਬੱਡੀ ਕਲੱਬ ਫਰੰਦੀਪੁਰ, ਅਤੇ ਦੋਸਤੋ ਦੂਜੀ ਕਲੱਬ ਆ NRI ਕਬੱਡੀ ਕਲੱਬ ਬਾਕੀਪੁਰ, ਅਤੇ ਦੋਸਤੋ ਤੀਜੀ ਕਲੱਬ ਮਾਝਾ ਘਰਿਆਲਾ ਪਲੱਸ ਬੈਂਕੇ ਫਰਵਾਹੀ ਦੀ ਟੀਮ, ਅਤੇ ਦੋਸਤੋ ਚੌਥੀ ਟੀਮ ਆ ਵੇ ਆਫ ਪਲਾਂਟੀ ਨਿਊਜ਼ੀਲੈਂਡ ਦੀ। ਅਤੇ ਦੋਸਤੋ, ਇਸ ਟੂਰਨਾਮੈਂਟ ਦੇ ਉੱਤੇ NRI ਵੀਰਾਂ ਵੱਲੋਂ ਕਬੱਡੀ ਖਿਡਾਰੀ ਗੁਰਦਾਸ ਬਾਕੀਪੁਰੀ ਦਾ ਦੋਸਤੋ ਫੋਟੋ ਟਰੈਕਟਰ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ। ਅਤੇ ਦੋਸਤੋ, ਆਪਣੇ ਇਸ ਯੂਟਿਊਬ ਚੈਨਲ ਦੇ ਵੱਲੋਂ ਗੁਰਦਾਸ ਬਾਕੀਪੁਰੀ ਨੂੰ ਬਹੁਤ ਬਹੁਤ ਮੁਬਾਰਕਾਂ। ਅਤੇ ਦੋਸਤੋ, ਤੁਸੀਂ ਵੀ ਵੀਰੇ ਨੂੰ ਦਿਓ ਮੁਬਾਰਕਾਂ। ਤਾਂ ਦੋਸਤੋ, ਇਹ ਸੀ ਅੱਜ ਦੀ ਵੀਡੀਓ। ਮਿਲਦੇ ਹਾਂ ਦੋਸਤੋ ਨਵੀਂ ਵੀਡੀਓ ਦੇ ਨਾਲ। ਧੰਨਵਾਦ ਜੀ।